ਸ੍ਰੀ ਗੁਰਪ੍ਰੀਤ ਜੀ ਮੈਂ ਹਾਂ ਸਬਜਤ ਕੌਰ ਤੇ ਪੰਜਾਬੀ ਖਬਰਾਂ ਦੇ ਇਸ ਬੁਲਟਿੰਗ ਤੁਹਾਡਾ ਸਵਾਗਤ ਹੈ। ਖੜਗੇ ਕਮੇਟੀ ਨੇ ਦਿੱਲੀਚ ਪੰਜਾਬ ਕਾਂਗਰਸ ਦਾ ਰਫੜ ਨਿਬੇੜਨ ਲਈ ਰਿਪੋਰਟ ਨੂੰ ਅੰਤਿਮ ਛੋਹਾਂ ਦੇ ਦਿੱਤੀਆਂ ਹਨ। ਸੂਤਰਾਂ ਅਨੁਸਾਰ ਖੜਗੇ ਕਮੇਟੀ ਵੱਲੋਂ ਅੱਜ ਕਾਂਗਰਸ ਪ੍ਰਧਾਨ ਨੂੰ ਰਿਪੋਰਟ ਸੌਂਪ ਸਕਦੀ ਹੈ। ਕੋਈ ਖਾਸ ਪੇਜ ਫਸੰਦੀ ਸੂਰਤ ਵਿੱਚ ਰਿਪੋਰਟ ਇੱਕ ਅੱਧਾ ਦਿਨ ਲੇਟ ਹੋ ਸਕਦੀ ਹੈ। ਉਧਰ ਕਾਂਗਰਸ ਹਾਈ ਕਮਾਂਡ ਦਾ ਫੈਸਲਾ ਆਉਣ ਤੋਂ ਪਹਿਲਾਂ ਜਿੱਥੇ ਕੈਪਟਨ ਖੇਮੇ ਨੇ ਸਰਗਰਮੀ ਫੜ ਲਈ ਹੈ, ਉੱਥੇ ਕੈਪਟਨ ਵਿਰੋਧੀ ਧੜਾ ਚੁੱਪ ਕਰਕੇ ਹਾਈ ਕਮਾਂਡ ਦਾ ਫੈਸ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਸਰਕਾਰ ਨੂੰ ਪੂਰੀ ਆਸ ਹੈ ਕਿ ਸੰਸਦ ਦਾ ਮੌਨਸੂਨ اجلاس ਜੁਲਾਈ ਮਹੀਨੇ ਆਪਣੇ ਆਮ ਵਾਂਗ ਨਿਰਧਾਰਤ ਸਮੇਂ ਤੇ ਸ਼ੁਰੂ ਹੋਵੇਗਾ 코로나 ਮਹਾਮਾਰੀ ਕਾਰਨ ਸੰਸਦ ਦੇ ਤਿੰਨ ਸੈਸ਼ਨਾਂ ਦਾ ਸਮਾਂ ਘਟਕ ਕੀਤਾ ਗਿਆ ਜਦਕਿ ਇੱਕ ਸੈਸ਼ਨ ਰੱਦ ਕੀਤਾ ਗਿਆ ਹੈ ਪਿਛਲੇ ਸਾਲ ਮੌਨਸੂਨ ਸੈਸ਼ਨ ਜੋ ਕਿ ਆਮ ਤੌਰ ਤੇ ਜੁਲਾਈ ਚ ਹੁੰਦਾ ਹੈ ਸਤੰਬਰ ਮਹੀਨੇ ਕੀਤਾ ਗਿਆ ਸੀ ਜੋਸ਼ੀ ਨੇ ਕਿਹਾ ਕਿ ਮੈਨੂੰ ਆਸ ਹੈ ਕਿ ਸੰਸਦ ਦਾ ਸੈਸ਼ਨ ਇਸ ਵਾਰ ਜੁਲਾਈ ਮਹੀਨੇ ਆਪਣੇ ਤੈ ਸਮੇਂ ਤੇ ਹੀ ਹੋਵੇਗਾ ਦੱਖਣੀ ਅਫਰੀਕਾ ਵਿਛਲੀ ਡਰਬੰਡੀ ਅਦਾਲਤ ਨੇ ਮਾਤਮਾ ਗਾਂਧੀ ਦੀ ਪਰਪੋਤੀ ਨੂੰ 60 ਲੱਖ ਰੈਂਡ ਦੀ ਧੋਖਾਧੜੀ ਅਤੇ ਝਾਲਸਾਜ਼ੀ ਕਰਨ ਦੇ ਦੋਸ਼ ਵਿੱਚ 7 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਆਸ਼ੀਸ਼ ਲਤਾ ਰਾਮ ਗੋਬਿੰਨ ਨੂੰ ਸੋਮਵਾਰ ਨੂੰ ਅਦਾਲਤ ਨੇ ਸਜ਼ਾ ਸੁਣਾਈ। ਉਸ ਤੇ ਸਨਤਕਾਰ ਐਸ ਆਰ ਮਹਾਰਾਜ ਨੂੰ ਧੋਖਾ ਦੇਣ ਦਾ ਦੋਸ਼ ਸੀ। ਮਹਾਰਾਜ ਨੇ ਉਸ ਨੂੰ ਕਥਿਤ ਤੌਰ ਤੇ ਭਾਰਤ ਤੋਂ ਅਜੇ ਹੀ ਖੇਪ ਦਰਾਮਤ ਦੇ ਕਸਟਮ ਡਿਊਟੀ ਤੋਂ ਬਚਾ ਕੇ ਲਿਉਣ ਲਈ 6.2 ਲੱਖ ਰੈਂਡ ਦਿੱਤੇ ਸਨ ਜਿਹੜੀ ਚੀਜ਼ ਦੀ ਹੋਂਦ ਹੀ ਨਹੀਂ ਸੀ। ਇਸ ਵਿੱਚੋਂ ਲਾਭ ਦਾ ਇੱਕ ਹਿੱਸਾ ਮਹਾਜਨ ਨੂੰ ਮਿਲਣਾ ਸੀ ਜਿਹੜਾ ਨਹੀਂ ਦਿੱਤਾ ਗਿਆ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕੱਗਰ ਨਦੀ ਵਿੱਚ ਛੁੱਟੇ ਜਾ ਰਹੇ ਪ੍ਰਦੂਸ਼ਿਤ ਪਾਣੀ ਨੂੰ ਰੋਕਣ ਵਿੱਚ ناکਾਮ ਰਹਿਣ ਤੇ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੀ ਖਿਚਾਈ ਕੀਤੀ ਹੈ। ਟ੍ਰਿਬਿਊਨਲ ਨੇ ਬੜੇ ਸਖਤ ਲਹਿਜ਼ੇ ਵਿੱਚ ਕਿਹਾ ਹੈ ਕਿ ਜੇ ਰਾਜ ਖੁਦ ਕਾਨੂੰਨ ਲਾਗੂ ਕਰਨ ਵਿੱਚ ਅਸਫਲ ਰਹਿੰਦਾ ਹੈ ਤਾਂ ਇਹ ਸਮਝ ਲਿਆ ਜਾਵੇ ਕਿ ਸਿਸਟਮ ਦਾ ਪੱਟਾ ਬੈਠ ਗਿਆ ਹੈ ਐਨਜੀਟੀ ਦੇ ਚੇਅਰਮੈਨ ਜਸਟਿਸ ਆਦਰਸ਼ ਕੁਮਾਰ ਗੋਇਲ ਦੀ ਅਗਵਾਈ ਵਾਲੇ ਪੈਂਚ ਨੇ ਕਿਹਾ ਹੈ ਕਿ ਤਿੰਨੋਂ ਰਾਜ ਅਤੇ ਜਨਗਰ ਪ੍ਰਦੂਸ਼ਣ ਪਾਣੀ ਕੱਗਰ ਵਿੱਚ ਪਾ ਰਹੇ ਹਨ ਜੋ ਅਪਰਾਧ ਹੈ ਇਹ ਜਨਤਾ ਦੇ ਵਿਸ਼ਵਾਸ ਦੀ ਉਲੰਘਣਾ ਹੈ ਇਸ ਤੋਂ ਸਾਫ ਹੈ ਕਿ ਸਰਕਾਰ ਤੇ ਅਥਾਰਟੀਆਂ ਨੂੰ ਜਨਤਾ ਦੀ ਸਿਹਤ ਤੇ ਵਾਤਾਵਰਣ ਦੀ ਕੋਈ ਫਿਕਰ ਨਹੀਂ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਲਾਨ ਤੋਂ ਬਾਅਦ ਅੱਜ ਕੇਂਦਰ ਸਿਹਤ ਮੰਤਰਾਲੇ ਨੇ ਨਿੱਜੀ ਹਸਪਤਾਲਾਂ ਲਈ ਕੋਰੋਨਾ ਵੈਕਸੀਨ ਦੇ ਰੇਟ ਮੁੜ ਤੈਅ ਕਰ ਦਿੱਤੇ ਗਏ ਹਨ ਹੁਣ ਕੋਰੋਨਾ ਵੈਕਸੀਨ ਤੇ 5% ਦੀ ਜੀਐਸਟੀ ਲੱਗੇਗਾ ਇਸ ਤੋਂ ਬਾਅਦ ਪ੍ਰਾਈਵੇਟ ਹਸਪਤਾਲਾਂ ਨੂੰ ਕੋਵਿਸ਼ੀਲ ਦਾ ਟੀਕਾ ਵੱਧ ਤੋਂ ਵੱਧ 780 ਰੁਪਏ ਕੋਵੈਕਸੀਨ ਦਾ 1410 ਤੇ ਸੁਪਤਨਿਕ ਵੀ ਦਾ 1145 ਰੁਪਏ ਵਿੱਚ ਮਿਲੇਗਾ ਜਿਸ ਵਿੱਚ ਸਰਵਿਸ ਚਾਰਜ ਲੱਗਿਆ ਹੋਇਆ ਹੈ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਹੈ ਕਿ ਵੱਧ ਤੋਂ ਵੱਧ 150 ਰੁਪਏ ਸਰਵਿਸ ਚਾਰਜ ਵਸੂਲਿਆ ਜਾ ਸਕਦਾ ਹੈ ਇਸ ਤੋਂ ਪਹਿਲਾਂ ਨਿੱਜੀ ਹਸਪਤਾਲਾਂ ਵੱਲੋਂ ਕਰੋਨਾ ਟੀਕਾ ਲਾਉਣ ਲਈ 2 ਤੋਂ 3000 ਰੁਪਏ ਵਸੂਲੇ ਜਾ ਰਹੇ ਸਨ ਇਸ ਤੋਂ ਇਲਾਵਾ ਕੇਂਦਰ ਵੱਲੋਂ ਰਾਜਾਂ ਨੂੰ ਮੁਫਤ ਵਿੱਚ ਟੀਕਾ ਮੁਹੱਈਆ ਕਰਵਾਇਆ ਜਾਵੇਗਾ ਫਰਾਂਸ ਦੇ ਰਾਸ਼ਟਰਪਤੀ ਇਮਾਨੁਅਲ ਮੈਕਰਨ ਦੇ ਇੱਕ ਵਿਅਕਤੀ ਨੇ ਥੱਪੜ ਮਾਰ ਦਿੱਤਾ ਦੱਖਣੀ ਫਰਾਂਸ ਵਿੱਚ ਜਦ ਮੈਕਰਨ ਕੋਮਰੇ ਸੰਤਾਂ ਪੀੜ ਵਿੱਚੋਂ ਕਿਸੇ ਨੇ ਥੱਪੜ ਮਾਰ ਦਿੱਤਾ ਘਟਨਾ ਦੀ ਵੀਡੀਓ ਸਾਹਮਣੇ ਆਈ ਹੈ ਮੈਕਰੋ ਦੇ ਸੁਰੱਖਿਆ ਅਮਲੇ ਨੇ ਤੁਰੰਤ ਦਖਲ ਦੇ ਕੇ ਵਿਅਕਤੀ ਨੂੰ ਜ਼ਮੀਨ ਉੱਤੇ ਸੁੱਟ ਲਿਆ ਤੇ ਰਾਸ਼ਟਰਪਤੀ ਨੂੰ ਦੂਰ ਲੈ ਗਏ। ਇਸ ਘਟਨਾ ਦੇ ਸੰਬੰਧ ਵਿੱਚ ਦੋ ਜਣਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫਰਾਂਸ ਦੇ ਪ੍ਰਧਾਨ ਮੰਤਰੀ ਜੈਨ ਕੈਸਟੈਕਸ ਨੇ ਕਿਹਾ ਹੈ ਕਿ ਇਹ ਵਿਵਹਾਰ ਲੋਕਤੰਤਰ ਦਾ ਨਿਰਾਦਰ ਕਰਨ ਵਰਗਾ ਹੈ। ਇਹ ਘਟਨਾ ਉਸ ਵੇਲੇ ਵਾਪਰੀ ਜਦ ਮੈਕਰਨ ਡ੍ਰੋਮ ਖੇਤਰ ਵਿੱਚ ਸਨ। ਉੱਥੇ ਉਹ ਰੈਸਟੋਰੈਂਟ ਮਾਲਕਾਂ ਤੇ ਵਿਦਿਆਰਥੀਆਂ ਨੂੰ ਮਿਲ ਰਹੇ ਸਨ। ਐਨਟੀਵੀ ਦੀ ਰਿਪੋਰਟ ਮੁਤਾਬਕ ਜੰਮੂ ਕਸ਼ਮੀਰ ਦੇ ریاਸੀ ਜ਼ਿਲ੍ਹੇ ਵਿੱਚ ਮਾਤਾ ਵੈਸ਼ਨੂ ਦੇਵੀ ਅਸਥਾਨ ਨੇੜੇ ਭਿਆਨਕ ਅੱਗ ਲੱਗ ਗਈ। ਆਗ ਕਾਰਨ ਇੱਕ ਇਮਾਰਤ ਵਿੱਚੋਂ ਉੱਚੀਆਂ ਲਪਟਾਂ ਦੂਰ ਤੱਕ ਨਜ਼ਰ ਆਈਆਂ। ਇਹ ਜਾਣਕਾਰੀ ਮਿਲੀ ਹੈ ਕਿ ਅੱਗ ਕੈਸ਼ ਕਾਊਂਟਰ ਨੇੜੇ ਲੱਗੀ। ਮੰਦਰ ਦੇ ਅਧਿਕਾਰੀਆਂ ਅਨੁਸਾਰ ਅੱਗ ਸ਼ਾਰਟ ਸਰਕਟ ਨਾਲ ਲੱਗੀ ਦੱਸੀ ਜਾ ਰਹੀ ਹੈ। ਅੱਗ ਬੁਝਾਉਣ ਦਾ ਕੰਮ ਜ਼ੋਰਾਂ ਤੇ ਚੱਲ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਅੱਗ ਲੱਗਣ ਕਾਰਨ ਦੋ ਜਣੇ ਜ਼ਖਲਸ ਗਏ ਹਨ। ਇਸ ਮੌਕੇ ਫਾਇਰ ਬ੍ਰਿਗੇਡ ਕਰਮੀਆਂ ਤੇ ਸਥਾਨਕ ਲੋਕਾਂ ਨੇ ਅੱਗ ਬੁਝਾਉਣ ਲਈ ਪੂਰਾ ਵਲ ਆਇਆ ਪਰ ਅੱਗ ਤੇਜ਼ੀ ਨਾਲ ਫੈ ਇੱਕ ਪਾਸਾ ਸੜ ਕੇ ਸੁਹਾ ਹੋ ਗਿਆ ਕਲਾਉਡ ਸੇਵਾਵਾਂ ਕੰਪਨੀ ਫਾਸਟਲੀ ਦੇ ਨੈਟਵਰਕ ਵਿੱਚ ਰੁਕਾਵਟ ਕਾਰਨ ਕਈ ਵੈਬਸਾਈਟਾਂ ਕ੍ਰੈਸ਼ ਹੋ ਗਈਆਂ ਇਨ੍ਹਾਂ ਵਿੱਚ ਨਿਊਯਾਰਕ ਟਾਈਮਸ ਸੀਐਨਐਨ ਅਤੇ ਯੂਕੇ ਸਰਕਾਰ ਹੋਮਪੇਜ ਸਣੇ ਦਰਜਨਾ ਵੈਬਸਾਈਟਾਂ ਸ਼ਾਮਲ ਹਨ ਸੈਨ ਫ੍ਰਾਂਸਿਸਕੋ ਅਧਾਰਿਤ ਫਾਸਟਲੀ ਨੇ ਆਪਣੇ ਨੈਟਵਰਕ ਨਾਲ ਸਮੱਸਿਆ ਨੂੰ ਸਵੀਕਾਰ ਕੀਤਾ ਅਤੇ ਕਿਹਾ ਹੈ ਕਿ ਉਹ ਇਸ ਦੀ ਜਾਂਚ ਕਰ ਰਹੀ ਹੈ ਕਾਨਪੁਰ ਵਿੱਚ ਬੱਸ ਤੇ ਟਿੱਪਰ ਦੀ ਸਿੱਧੀ ਟੱਕਰ ਹੋ ਗਈ ਜਿਸ ਤੋਂ ਬਾਅਦ ਬੱਸ ਪਲਟ ਗਈ ਇਸ ਹਾਦਸੇ ਕਾਰਨ 16 ਜਣਿਆਂ ਦੀ ਮੌਤ ਹੋ ਗਈ ਤੇ 6 ਜ਼ਖਮੀ ਹੋ ਗਏ ਹਨ ਇਹ ਜਾਣਕਾਰੀ ਮਿਲੀ ਹੈ ਕਿ ਜ਼ਖਮੀਆਂ ਨੂੰ ਹਸਪਤਾਲ ਲੈ ਜਾਇਆ ਜਾ ਰਿਹਾ ਹੈ ਬੱਸ ਕਾਨਪੁਰ ਤੋਂ ਹਮਦਾਬਾਦ ਜਾ ਰਹੀ ਸੀ ਜਿਸ ਦੀ ਸਚੇਂਦੀ ਕੋਲ ਟਿੱਪਰ ਨਾਲ ਟੱਕਰ ਹੋ ਗਈ ਮੁੱਖ ਮੰਤਰੀ ਯੋਗੀ ਆਦਿੱਤਨਾਥ ਨੇ ਮਰਨ ਵਾਲਿਆਂ ਦੇ ਪਰਿਵਾਰਾਂ ਲਈ 2 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਤੇ ਉਹਨਾਂ ਘਟਨਾ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪੀੜਤ ਪਰਿਵਾਰਾਂ ਲਈ 2-2 ਲੱਖ ਰੁਪਏ ਤੇ ਜ਼ਖਮੀਆਂ ਲਈ 55 ਹਜ਼ਾਰ ਮੁਆਵਜ਼ਾ ਐਲਾਨਿਆ ਹੈ ਟਵਿੱਟਰ ਨੇ ਪਾਰਤ ਸਰਕਾਰ ਦੀ ਅਪੀਲ ਤੇ ਪੰਜਾਬੀ ਰੈਪਰ ਜੈ ਜੀ ਬੀ ਦੇ ਅਕਾਊਂਟ ਸਣੇ ਚਾਰ ਜਣੇ ਦੇ ਅਕਾਊਂਟ ਨੂੰ ਬੰਦ ਕਰ ਦਿੱਤਾ ਹੈ ਇਸ ਕਾਰਵਾਈ ਤੇ ਪ੍ਰਤੀਕਿਰਿਆ ਵਿੱਚ ਗਾਇਕ ਨੇ ਆਪਣੇ ਇੰਸਟਾਗ੍ਰam ਵਿੱਚ ਲਿਖਿਆ ਕਿ ਮੈਂ ਹਮੇਸ਼ਾ ਆਪਣੇ ਲੋਕਾਂ ਲਈ ਖੜਾਂਗਾ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 84 ਨੂੰ ਕਦੇ ਨਾ ਭੁੱਲੋ ਐਸਨ ਅੱਜ ਦੀਆਂ ਖਬਰਾਂ ਮੈਨੂੰ ਦੋਵੋ ਇਜਾਜ਼ਤ ਸਸਰੇਕਰ